ਫੇਜ਼ 2 ਅਗਲੇ 3 ਦਿਨ ਦਾ ਤੇ ਜਿੰਨੀ ਖੱਜਲ ਖੁਆਰੀ ਇੱਥੇ ਡਾਕਟਰਾਂ ਦੀ ਹੋ ਰਹੀ ਹੈ ਤੇ ਜਿੰਨੀਆਂ ਪੋਸਟਾਂ ਥੋੜੀਆਂ ਦੇ ਵਿੱਚ ਨਾ ਦੇਣਾ ਸਰਕਾਰ ਕਿਤੇ ਨਾ ਕਿਤੇ ਆਪਣੇ ਇਸ ਫੈਸਲੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਤਾਂ ਪੀਜੀਆਈ ਚੋਂ ਮੁੜ ਕੇ ਆਉਂਦੇ ਆ 6-6 ਮਹੀਨੇ ਬਾਰੀ ਨਹੀਂ ਆਉਂਦੀ ਹੈਗੀ ਪਰਚੀਆਂ ਕੱਟੀਆਂ ਰਹਿ ਜਾਂਦੀਆਂ ਹੋਵੇ ਇਹ ਤਾਂ ਕੁਝ ਦਿਨ ਦੀ ਖੇਡ ਹੈ ਇੱਕ ਜਾਂ ਦੋ ਤਿੰਨ ਦਿਨਾਂ ਦੀ ਖੇਡ ਹੋ ਸਕਦੀ ਅਸੀਂ ਸਰਕਾਰ ਕੋਲੇ ਆਪਣੇ ਮੰਗਾਂ ਨੂੰ ਲੈ ਕੇ ਜਾਂਦੇ ਰਹੇ ਹਾਂ ਪਿਛਲੇ ਕਈ ਸਮੇਂ ਤੋਂ ਜਿਹਦੇ ਨਾ ਪੂਰਤੀ ਦੇ ਸਮੇਂ ਕਾਰਨ ਅਸੀਂ ਇੱਕ ਹੜਤਾਲ ਦਾ ਸੰਦੇਸ਼ ਦਿੱਤਾ ਸੀ ਸਰਕਾਰ ਨੂੰ ਸੋਮ ਮੰਗਲ ਬੁੱਧ ਪਿਛਲੇ 3 ਦਿਨ ਅਸੀਂ 3 ਘੰਟੇ ਬੰਦ ਕਰਕੇ ਓਪੀਡੀ ਪਿਛਲੇ 3 ਘੰਟੇ 'ਚ ਸੇਵਾਵਾਂ ਦਿੱਤੀਆਂ ਨੇ ਨਾਲ ਹੀ ਅਸੀਂ ਫੇਜ਼ 2 ਡਿਸਾਈਡ ਕੀਤਾ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਮੁਕੰਮਲ ਓਪੀਡੀ ਬੰਦ ਕਰਾਂਗੇ ਅਗਲੇ 3 ਦਿਨ ਜਾਣੀ ਕਿ ਅੱਜ ਕੱਲ੍ਹ ਅਤੇ ਪਰਸੋਂ ਸਰਕਾਰ ਨਾਲ ਕੱਲ੍ਹ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ 'ਚ ਸਭ ਕੁਛ ਹਾਂ ਪੱਕੀ ਸੀਗਾ ਜਿਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਇਹ ਬਹੁਤ ਹੀ ਵਾਜਬ ਮੰਗਾਂ ਨੇ ਚਾਹੇ ਉਹ ਡਾਕਟਰਾਂ ਦੀ ਭਰਤੀ ਨੂੰ ਲੈ ਕੇ ਆ ਸੁਰੱਖਿਆ ਨੂੰ ਲੈ ਕੇ ਆ ਜਾਂ ਡਾਕਟਰਾਂ ਨੂੰ ਮਹਿਕਮੇ ਦੇ ਵਿੱਚ ਰੋਕਣ ਵਾਲੇ ਜੋ ਕੁਛ ਤਰੱਕੀਆਂ ਵਾਲੇ ਫੈਸਲੇ ਨੇ ਪਰ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਮੀਟਿੰਗ ਦੇ ਅਖੀਰ ਦੇ ਵਿੱਚ ਸਭ ਕੁਛ ਤੁਹਾਨੂੰ ਲਿਖਤ ਰੂਪ ਦਿੱਤਾ ਜਾਊਗਾ ਜੋ ਕਿ ਸਾਨੂੰ ਨਹੀਂ ਮਿਲਿਆ ਤਾਂ ਲਿਖਤ ਰੂਪ ਦੇ ਵਿੱਚ ਨਾ ਦੇਣਾ ਸਰਕਾਰ ਕਿਤੇ ਨਾ ਕਿਤੇ ਆਪਣੇ ਇਸ ਫੈਸਲੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਤਾਂ ਕਰਕੇ ਮਜਬੂਰਨ ਸਾਨੂੰ ਫੇਜ਼ 2 ਜਿਹੜਾ ਹੈਗਾ ਆਪਣੀ ਸਟ੍ਰਾਈਕ ਦਾ ਸਟਾਰਟ ਕਰਨਾ ਪਿਆ ਕਿੰਨੇ ਦਿਨ ਜਿਹੜਾ ਹੈਗਾ ਓਪੀਡੀ ਚੋਂ ਫੇਜ਼ 2 ਅਗਲੇ 3 ਦਿਨ ਦਾ ਹੈ ਜੀ ਤੇ ਬਾਕੀ ਰੋਜ਼ਾਨਾ ਅਸੀਂ ਫੈਸਲੇ ਲੈਂਦੇ ਹਾਂ ਉਹਦੇ ਵਿੱਚ ਅਸੀਂ ਲੋਕ ਹਿੱਤ ਨੂੰ ਵੀ ਮੁੱਖ ਰੱਖ ਕੇ ਫੈਸਲੇ ਲੈਂਦੇ ਹਾਂ ਇਸੇ ਕਰਕੇ ਐਮਰਜੈਂਸੀ ਸੇਵਾਵਾਂ ਵਗੈਰਾ ਚਾਲੂ ਕਰ ਰੱਖੀਆਂ ਨੇ ਅਸੀਂ ਬਾਕੀ ਜਿਵੇਂ ਵੀ ਸਾਡੀ ਜਥੇਬੰਦੀ ਦੇ ਸਾਰਾ ਪੈਨਲ ਡਿਸਾਈਡ ਕਰੂਗਾ ਉਵੇਂ ਉਵੇਂ ਇਸ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ ਕੀ ਕਹਿਣਾ ਚਾਹੋਗੇ ਲਗਾਤਾਰ 3 ਦਿਨ ਪਹਿਲਾਂ ਵੀ ਤੁਸੀਂ ਦੇਖੋ ਪ੍ਰੋਟੈਸਟ ਸਾਡਾ ਅੱਜ 4th ਦਿਨ ਦੇ ਵਿੱਚ ਐਂਟਰ ਹੋ ਚੁੱਕਿਆ ਹੈ ਜੋ 3 ਦਿਨ ਦਾ ਪ੍ਰੋਟੈਸਟ ਚੱਲ ਰਿਹਾ ਸੀ ਉਹਦੇ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਕਿ 8 ਤੋਂ ਲੈ ਕੇ 11 ਵਜੇ ਤੱਕ ਇੱਕ 3 ਘੰਟੇ ਦੀ ਓਪੀਡੀ ਦਾ ਸਾਨੂੰ ਫਸਟ ਫੇਜ਼ ਸੀ ਸਾਡਾ ਉਹ ਅੱਜ ਪੂਰਾ ਹੋ ਗਿਆ ਜੋ ਬੰਦ ਕੀਤਾ ਸੀ ਉਹਦੇ ਬਾਅਦ ਅੱਜ ਸੈਕਿੰਡ ਫੇਜ਼ ਦੇ ਵਿੱਚ ਅਸੀਂ ਐਂਟਰ ਕਰ ਗਏ ਹਾਂ ਉਹਦਾ ਕਾਰਨ ਮੁੱਖ ਇਹ ਹੈ ਕਿ ਜੋ ਕੱਲ੍ਹ ਸਬ ਕਮੇਟੀ ਦੇ ਨਾਲ ਸਾਡੀ ਜੋ ਜਥੇਬੰਦੀ ਦੇ ਜੋ ਵੀ ਜਿੰਨੇ ਵੀ ਲੀਡਰਸ ਆ ਉਹਨਾਂ ਦੀ ਮੀਟਿੰਗ ਹੋਈ ਉਹ ਕੋਈ ਪੁਖਤਾ ਸਿਰੇ ਨਹੀਂ ਲੱਗ ਪਾਈ ਹਾਲਾਂਕਿ ਉਹਦੇ ਵਿੱਚ ਜੋ ਮੰਤਰੀ ਸਾਹਿਬਾਨ ਸੀ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਡੀਆਂ ਮੰਗਾਂ ਸੁਣੀਆਂ ਤੇ ਉਹਨਾਂ ਤੇ ਵਰਬਲ ਤੌਰ ਤੇ ਜਵਾਨੀ ਤੌਰ ਤੇ ਉਸ ਤੇ ਮੋਹਰ ਵੀ ਲਾਈ ਸਿਧਾਂਤਿਕ ਤੌਰ ਤੇ ਮੰਗਾਂ ਮੰਨ ਵੀ ਲਈਆਂ ਲੇਕਿਨ ਜੋ ਸਾਡੀ ਪੂਰੀ ਮੰਗ ਸੀ ਜਥੇਬੰਦੀ ਦੀ ਕਿ ਪੂਰਾ ਉਸਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਉਹ ਨੋਟੀਫਿਕੇਸ਼ਨ ਅਸੀਂ ਰਾਤ ਤੱਕ ਵੇਟ ਕਰਦੇ ਰਹੇ ਕਿ ਨੋਟੀਫਿਕੇਸ਼ਨ ਜਾਰੀ ਹੋ ਜਾਵੇ ਲੇਕਿਨ ਉਦਾਂ ਦਾ ਨੋਟੀਫਿਕੇਸ਼ਨ ਕੋਈ ਵੀ ਜਾਰੀ ਨਹੀਂ ਹੋਇਆ ਜਿਸ ਨਾਲ ਸਾਡਾ ACPO ਤਰੱਕੀਆਂ ਰੁਕੀਆਂ ਵੀ ਉਹ ਬਹਾਲ ਹੋ ਜਾਣ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਹੋ ਜਾਣ ਜਾਂ ਮੈਡੀਕਲ ਅਫਸਰਾਂ ਦੀ ਜੋ ਭਰਤੀ ਹੈ ਉਹ ਫਟਾਫਟ ਜਲਦੀ ਜਲਦੀ ਸਟਾਰਟ ਹੋ ਜਾਏ ਇਦਾਂ ਦਾ ਕੋਈ ਨੋਟੀਫਿਕੇਸ਼ਨ ਨਾ ਹੋਣ ਦੀ ਸੂਰਤ ਹਾਲ ਵਿੱਚ ਸਾਨੂੰ ਇਹ ਸਟੈਪ ਚੱਕਣਾ ਪਿਆ ਕਿ ਸੈਕਿੰਡ ਜੋ ਫੇਜ਼ ਹੈ ਉਹਦੇ ਵਿੱਚ ਅੱਜ ਸਾਡੀ ਸਟ੍ਰਾਈਕ ਐਂਟਰ ਕਰ ਚੁੱਕੀ ਹੈ ਇਹ ਕਰੋਤੀ ਰਹੇਗੀ ਜਾਂ ਵਧੇਗੀ ਨਹੀਂ ਇਹ ਤਾਂ ਸਰ ਅੱਗੇ ਕੋਈ ਹਾਂਸ ਹੋਏਗੀ ਸਟ੍ਰਾਈਕ ਵਾਪਸ ਲੈਣ ਦਾ ਤਾਂ ਕੋਈ ਮਤਲਬ ਹੀ ਨਹੀਂ ਜਿੰਨੀ ਦੇਰ ਸਾਡੀਆਂ ਪੂਰੀਆਂ ਮੰਗਾਂ ਹੋਊਗੀ ਇਹ ਜਨ ਅੰਦੋਲਨ ਹੈ ਬੇਸਿਕਲੀ ਇਹ ਲੋਕਾਂ ਦੀਆਂ ਮੰਗਾਂ ਨੇ ਇਹ ਤਾਂ ਮਤਲਬ ਠੀਕ ਹੈ ਕਿ ਡਾਕਟਰਾਂ ਨੇ ਸ਼ੁਰੂ ਕਰਤਾ ਲੇਕਿਨ ਹਸਪਤਾਲਾਂ ਨੂੰ ਸਿਹਤ ਕਾਮਿਆਂ ਨੂੰ ਬਚਾਉਣ ਦੀ ਮੰਗ ਹੋ ਰਹੀ ਹੈ ਜੇ ਸਿਹਤ ਅਦਾਰੇ ਬਚਣਗੇ
ਤਾਂ ਹੀ ਮਤਲਬ ਲੋਕ ਇਲਾਜ ਵੱਤੇ ਫਰੀ ਵਾਂਗੂ ਕਰਾ ਸਕਣਗੇ, ਨਹੀਂ ਤਾਂ ਬਹੁਤ ਵੱਡੀ ਔਖਾਈ ਦਾ ਸਾਹਮਣਾ ਕਰਨਾ ਪੈਣਾ। ਜੋ ਕਾਰਪੋਰੇਟ ਸੈਕਟਰਾਂ ਦੇ ਵਿੱਚ ਭੇਜਣ ਦੀ ਤਿਆਰੀ ਹੈ ਹਸਪਤਾਲਾਂ ਨੂੰ ਸਰਕਾਰ ਦੀ, ਉਹਦੇ ਨਾਲ ਤਾਂ ਬਹੁਤ ਵੱਡੀ ਆਉਣ ਵਾਲੀ ਭਵਿੱਖ ਦੇ ਵਿੱਚ ਪ੍ਰੋਬਲਮ ਆ ਜਾਣੀ ਹੈ। ਤੁਸੀਂ ਪ੍ਰੋਬਲਮ ਦੀ ਗੱਲ ਕੀਤੀ ਹੈ, ਆਮ ਲੋਕ ਵੀ ਤੁਹਾਡੇ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਹੈਗਾ ਸਾਥ ਦੇ ਰਹੇ ਨੇ, ਪਰ ਦੂਜੇ ਪਾਸੇ ਕੁਝ ਲੋਕ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਹੇ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਦੇਖੋ ਲੋਕਾਂ ਨੂੰ ਜਦੋਂ ਅਸੀਂ ਪਹਿਲੇ ਦਿਨ ਸਟ੍ਰਾਈਕ ਸ਼ੁਰੂ ਕੀਤੀ ਉਸ ਟਾਈਮ ਕੁਝ ਨਹੀਂ ਪਤਾ ਸੀ। ਦੇਖੋ ਅਸੀਂ ਟੈਕਨੀਕਲੀ ਇਸ ਚੀਜ਼ ਦੇ ਐਕਸਪਰਟ ਹੈ ਮੈਡੀਕਲ ਲਾਈਨ ਦੇ, ਲੋਕਾਂ ਨੂੰ ਨਹੀਂ ਪਤਾ ਕਿ ਸਿਹਤ ਸਹੂਲਤਾਂ ਦੇ ਵਿੱਚ ਕੀ ਮਤਲਬ ਜੋ ਕੁਆਲਿਟੀ ਕੀ ਕੁਛ ਚਾਹੀਦਾ ਕੀ ਨਹੀਂ ਚਾਹੀਦਾ। ਅਸੀਂ ਜਦੋਂ ਉਹਨਾਂ ਨੂੰ ਦੱਸਿਆ ਕਿ 1991 ਦੇ ਮੁਤਾਬਿਕ 4800 ਪੋਸਟਾਂ 4600 ਪੋਸਟਾਂ ਡਾਕਟਰਾਂ ਦੀ ਹੈ, ਉਹਦੇ ਬਾਬਤ 1800 ਪੋਸਟਾਂ ਹੀ ਕੰਮ ਕਰ ਰਹੀ, 2800 ਪੋਸਟਾਂ ਖਾਲੀ ਹੈ, ਤਾਂ ਲੋਕਾਂ ਦੇ ਬੜਾ ਇਸ ਗੱਲ ਦਾ ਬਹੁਤ ਪ੍ਰਭਾਵ ਪਿਆ ਕਿ ਅਸੀਂ ਸਿਰਫ 4600 ਡਾਕਟਰਾਂ ਦੀ ਮਨਜ਼ੂਰਸ਼ੁਦਾ ਪੋਸਟਾਂ 1991 ਦਾ ਕੈਡਰ ਬਣਿਆ ਹੋਇਆ, ਹਾਲਾਂਕਿ ਉਦੋਂ ਬਾਅਦ ਪੰਜਾਬ ਦੀ ਪਾਪੂਲੇਸ਼ਨ 1.5 ਕਰੋੜ ਵੱਧ ਗਈ ਹੈ, ਪੋਸਟਾਂ ਵਧਣੀਆਂ ਚਾਹੀਦੀਆਂ ਸੀ, ਪੋਸਟਾਂ ਦਾ ਕੀ ਵਧਾਣੀ, ਅਸੀਂ ਜਿਹੜੀਆਂ ਪੁਰਾਣੀਆਂ ਪੋਸਟਾਂ ਮਨਜ਼ੂਰਸ਼ੁਦਾ ਸੀ ਉਹ ਵੀ ਪੂਰੀਆਂ ਨਹੀਂ ਸਰਕਾਰ ਨੇ ਕੀਤੀਆਂ। ਤਾਂ ਬਾਕੀ ਦੂਜੇ ਨੰਬਰ 'ਤੇ ਜੋ ਲੋਕਾਂ ਨੂੰ ਪਤਾ ਲੱਗਿਆ ਕਿ ਸਾਰੀ ਸਰਕਾਰ ਦੀ ਮੰਗਾਂ ਜੋ ਡਾਕਟਰਾਂ ਦੀ ਮੰਗਾਂ ਹੀ ਜਾਇਜ਼ ਹੈ, ਔਰ ਸਰਕਾਰ ਨੂੰ ਇਹ ਮੰਗਾਂ ਜੇ ਜਿੰਨੀ ਦੇਰ ਤੱਕ ਉਹਨਾਂ ਨੂੰ ਪੂਰੇ ਪੁਰਜ਼ੋਰ ਤਰੀਕੇ ਨਾਲ ਨਹੀਂ ਉਹਨਾਂ ਕੋਲ ਪੇਸ਼ ਕੀਤੇ ਜਾਊਗਾ, ਤਾਂ ਲੋਕ ਖੁਦ ਹੀ ਖੁਦ ਆ ਕੇ ਸਾਡੇ ਨਾਲ ਖੁਦ ਬ ਖੁਦ ਬੈਠੇ ਆ ਸਰ। ਜਥੇਬੰਦੀਆਂ ਕੋਈ ਅਸੀਂ ਕਿਸੇ ਨੂੰ ਸਪੈਸ਼ਲੀ ਇਨਵਾਈਟ ਕੀਤਾ, ਉਹਨਾਂ ਨੇ ਜੋ ਦੇਖਿਆ ਕਿ ਜਨ ਅੰਦੋਲਨ ਬਣ ਕੇ ਹੀ ਇਹ ਡਾਕਟਰਾਂ ਦੀ ਮੰਗਾਂ ਔਰ ਲੋਕਾਂ ਦੀ ਮੰਗਾਂ ਪੂਰੀ ਹੋ ਸਕਦੀਆਂ, ਤਾਂ ਖੁਦ ਹੀ ਖੁਦ ਜਥੇਬੰਦੀਆਂ ਆਟੋਮੈਟਿਕ ਸਾਡੀ ਨੈਚੁਰਲ ਤੌਰ 'ਤੇ ਸਪੋਰਟ ਕਰ ਰਹੀਆਂ ਸਰ। ਦੇਖੋ ਜਿਹੋ ਜਿਹੀ ਹਾਲਤ ਅੱਜ ਡਾਕਟਰਾਂ ਦੀ ਬਣੀ ਹੋਈ ਹੈ, ਲੰਮਾ ਸਮਾਂ ਪਹਿਲਾਂ ਦੀ ਕਹਾਣੀ ਹੈ। ਬਹੁਤ ਸਾਰੇ ਹਸਪਤਾਲ ਹੈ ਜਿਹੜੇ ਛੋਟੇ ਸ਼ਹਿਰਾਂ ਦੇ ਬੰਦ ਹੋ ਚੁੱਕੇ ਹੈ, ਇਹ ਹਸਪਤਾਲਾਂ ਦੇ ਵਿੱਚੋਂ ਜਿਹੜੀ ਆਸ ਲੈ ਕੇ ਲੋਕ ਆਉਂਦੇ ਹੈ, ਅਤੇ ਜਿੰਨੀ ਖੱਜਲ ਖੁਆਰੀ ਇੱਥੇ ਡਾਕਟਰਾਂ ਦੀ ਹੋ ਰਹੀ ਹੈ ਅਤੇ ਜਿੰਨੀਆਂ ਪੋਸਟਾਂ ਥੋੜ੍ਹੀਆਂ, ਜਿਹਦਾ ਕਾਰਨ ਕਰਕੇ ਸਾਡੇ ਲੋਕ ਹੀ ਖੱਜਲ ਖੁਆਰ ਹੁੰਦੇ ਹੈ, ਸਾਡੀਆਂ ਮੰਗਾਂ ਮਸਲੇ ਹੈ। ਇਹ ਡਾਕਟਰ ਸਾਹਿਬ ਚਾਹੇ ਮੂਹਰੇ ਲੱਗ ਗਏ ਇਸ ਮਸਲੇ ਦੇ, ਅਸੀਂ ਆਪਦੀ ਜਥੇਬੰਦੀ ਭਾਰਤੀ ਕਿਸਾਨ ਜਨਰਲ ਏਕਤਾ ਗ੍ਰਾਹਾਂ ਵੱਲੋਂ ਇਹ ਗੱਲ ਸੋਚਦੇ ਹਾਂ ਵੀ ਜੇ ਮੰਗਾਂ ਮਸਲੇ ਹੱਲ ਕਰਾਉਣੇ ਹੈ, ਪੂਰੇ ਲੋਕ ਹੈ ਜਿਹੜੇ ਪਿੰਡਾਂ ਦੇ ਲੋਕ ਹੈ ਜਿਹੜੇ ਬਿਮਾਰੀਆਂ ਦੇ ਸ਼ਿਕਾਰ ਹੈ ਜਿਹੜੇ ਪਹਿਲੇ ਪੀੜਤ ਹੈ, ਉਹਨਾਂ ਲੋਕਾਂ ਨੂੰ ਸ਼ਾਮਲ ਕਰਨ ਦੀ ਅਸੀਂ ਤਹੱਈਆ ਕੀਤਾ, ਬੇਅੰਤ ਕੀਤੀ ਹੋਈ ਹੈ। ਪ੍ਰਦਰਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਆਮ ਲੋਕ ਵੀ ਇਹ ਤੋਂ ਪ੍ਰਭਾਵਿਤ ਹੋ ਰਿਹਾ, ਤੁਸੀਂ ਲੋਕਾਂ ਦੇ ਜਿਹੜੇ ਹੱਕਾਂ ਦੀ ਗੱਲ ਕਰਦੇ ਹੋਗੇ, ਠੀਕ ਹੈ, ਆਮ ਲੋਕ ਕਾਫੀ ਪ੍ਰਭਾਵਿਤ ਹੋ ਰਹੇ, ਜਿਹਨਾਂ ਦਾ ਇਲਾਜ ਚੱਲ ਰਿਹਾ। ਦੇਖੋ ਜੇ ਪ੍ਰਭਾਵਿਤ ਦੀ ਗੱਲ ਕਹਿਣਾ ਹੋਵੇ, ਠੀਕ ਹੈ ਇੱਕ ਗੱਲ, ਅੱਜ ਚਾਹੇ ਸੇਵਾਵਾਂ ਬੰਦ ਕਰਕੇ ਪ੍ਰਭਾਵਿਤ ਹੈ, ਉਹ ਰੋਜ਼ਾਨਾ ਹੀ ਹੈ, ਜਿਹੜੇ ਲੱਖਾਂ ਲੋਕ ਹੈ ਉਹ ਰੋਜ਼ ਪ੍ਰਭਾਵਿਤ ਹੁੰਦੇ ਹੈ, PGI ਚੋਂ ਮੁੜ ਕੇ ਆਉਂਦੇ ਆ, 6-6 ਮਹੀਨੇ ਬਾਰੀ ਨਹੀਂ ਆਉਂਦੀ ਹੈਗੀ, ਪਰਚੀਆਂ ਕੱਟੀਆਂ ਰਹਿ ਜਾਂਦੀਆਂ, ਜੇ ਇਹਨਾਂ ਦੇ ਮਤਲਬ ਭਰਤੀ ਸਹੀ ਪੂਰੀ ਹੋਵੇ ਫਿਰ ਸਾਡੀ ਏਡੀ ਖੱਜਲ ਖੁਆਰੀ ਤਾਂ ਨਾ ਹੋਵੇ। ਇਹ ਤਾਂ ਕੁਛ ਦਿਨ ਦੀ ਖੇਡ ਹੈ, 1 ਜਾਂ 2-3 ਦਿਨਾਂ ਦੀ ਖੇਡ ਹੋ ਸਕਦੀ ਹੈ, ਤੂੰ ਵੱਧ ਸਕਦੀ ਹੈ, ਪਰ ਸਾਡੇ ਹਿੱਤ ਦੀ ਗੱਲ ਤਾਂ ਹੈਗੀ ਹੈ ਇਹ। ਅਸੀਂ ਤਾਂ ਪਹਿਲਾਂ ਹੀ ਲਗਭਗ ਉਮਰਾਂ ਲਾ ਲਈਆਂ ਖੱਜਲ ਖੁਆਰ ਹੁੰਦਿਆਂ ਨੂੰ, ਜੇ ਸਾਡੇ ਬੱਚਿਆਂ ਦੀ ਮਤਲਬ ਪੜ੍ਹਾਈ ਦੀ ਗੱਲ ਆ ਗਈ, ਉਹ ਸਾਰੇ ਸਰਕਾਰੀ ਸਕੂਲਾਂ ਦਾ ਭੱਠਾ ਵਹਾਤਾ, ਉਹ ਪ੍ਰਾਈਵੇਟ ਸਕੂਲਾਂ ਦੇ ਹੱਥ 'ਚ ਦੇਤਾ ਸਾਰਾ ਕੁਛ, ਜਿਹਦਾ ਕੋਈ ਪਹੁੰਚ ਵਾਲੇ ਬੰਦੇ ਪੜ੍ਹਾ ਸਕਦੇ, ਇਹੀ ਇਲਾਜ ਵਾਲੀ ਹਾਲਤ ਹੈ। ਕੋਈ ਪਹੁੰਚ ਵਾਲੇ ਬੰਦੇ ਆ ਜਿਹੜੇ ਰਾਮਦਾਰੀ ਨਾਲ ਇਲਾਜ ਕਰਾ ਲੈਂਦੇ ਆ, ਨਹੀਂ ਤਾਂ ਵੱਡਾ ਹਿੱਸਾ ਜਿਹੜਾ ਇਲਾਜ ਬਣਾ ਇੱਥੋਂ ਚੱਲ ਰਿਹਾ ਜਾ ਰਿਹਾ, ਇਸ ਲਈ ਅਸੀਂ ਇਸ ਘੋਲ ਦੀ ਪੂਰੀ ਜੱਜਮੀ ਸਪੋਰਟ ਕਰਦੇ ਹਾਂ। ਲਕਸ਼ਮਣ ਸਿੰਘ ਸੇਵੇਵਾਲਾ, ਸੂਬਾ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ। ਅਸੀਂ ਜੋ ਡਾਕਟਰਾਂ ਦੀ ਹੜਤਾਲ ਚੱਲ ਰਹੀ ਆ ਉਹਦੀ ਸਮਰਥਨ ਦੇ ਵਿੱਚ ਆਏ ਹਾਂ, ਕਿਉਂ? ਕਿਉਂਕਿ ਅਸੀਂ ਸਮਝਦੇ ਹਾਂ ਕਿ ਸਭ ਤੋਂ ਵੱਡਾ ਮਸਲਾ ਸਾਡਾ ਹੈ ਖੇਤ ਮਜ਼ਦੂਰਾਂ ਦੀ, ਜਿਸ ਤਰ੍ਹਾਂ ਦੀ ਰਹਿਣ ਸਹਿਣ ਦੀਆਂ ਹਾਲਤਾਂ, ਜਿਸ ਤਰ੍ਹਾਂ ਦਾ ਖਾਣ ਪੀਣ ਦਾ ਹਾਲਤਾਂ, ਸਭ ਤੋਂ ਵੱਧ ਬਿਮਾਰੀਆਂ ਦਾ ਸ਼ਿਕਾਰ ਉਹ ਹੁੰਦੇ ਆ, ਤੇ ਉਹਨਾਂ ਦਾ ਕਰਜ਼ਾ ਜਿਹੜਾ ਚੜਿਆ ਹੋਇਆ ਜੋ ਸਾਡੀ ਜਥੇਬੰਦੀ ਨੇ 2017 'ਚ ਸਰਵੇ ਕੀਤਾ, ਉਹਦਾ 19% ਕਰਜ਼ਾ ਜਿਹੜਾ ਉਹ ਖੇਤ ਮਜ਼ਦੂਰਾਂ ਦੇ ਇਲਾਜ ਕਰਕੇ ਚੜਿਆ, ਔਰ ਨੈਸ਼ਨਲ ਸਿੰਪਲ ਸਰਵੇ ਦੀ ਇੱਕ ਰਿਪੋਰਟ ਦੇ ਮੁਤਾਬਕ ਪੇਂਡੂ ਭਾਰਤ ਦੇ ਲੋਕਾਂ ਸਿਰ ਜਿਹੜਾ ਕਰਜ਼ਾ ਚੜਿਆ ਨਾ ਉਹਦਾ 30% ਕਰਜ਼ਾ ਇਸ ਕਰਕੇ ਚੜ ਜਾਂਦਾ ਕਿਉਂਕਿ ਸਰਕਾਰੀ ਹਸਪਤਾਲਾਂ 'ਚ ਇਲਾਜ ਨਹੀਂ ਤੇ ਉਹਨਾਂ ਨੂੰ ਪ੍ਰਾਈਵੇਟ ਮਹਿੰਗੇ ਹਸਪਤਾਲਾਂ 'ਚ ਜਾਣਾ ਪੈਂਦਾ। ਇਸ ਕਰਕੇ ਇਹ ਲੜਾਈ ਆ ਵੀ ਹਸਪਤਾਲਾਂ ਦਾ ਸਟਾਫ ਪੂਰਾ ਹੋਵੇ, ਦਵਾਈਆਂ ਪੂਰੀਆਂ ਹੋਣ, ਇੱਥੇ ਟੈਸਟ ਪੂਰੇ ਹੋਣ, ਇੱਥੇ ਮਸ਼ੀਨਾਂ ਪੂਰੀਆਂ ਹੋਣ, ਇਹ ਲੜਾਈ ਸਾਡੀ ਲੜਾਈ ਆ।
ਨਾ ਕਿ ਡਾਕਟਰਾਂ ਦੀ ਲੜਾਈ ਹੈ। ਅਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਮੂਹ ਲੋਕਾਂ ਨੂੰ ਇਹ ਸੱਦਾ ਦੇਣਾ ਚਾਹੁੰਦੇ ਹਾਂ ਕਿ ਠੀਕ ਆ ਹੜਤਾਲ ਕਰਕੇ ਇੱਕ ਦੋ ਦਿਨਾਂ ਦੀ ਖੱਜਲ ਖੁਆਰੀ ਹੈਗੀ ਹੈ, ਪਰ ਜੇ ਇਹ ਸਹੂਲਤਾਂ ਸਾਨੂੰ ਮਿਲਦੀਆਂ ਤਾਂ ਸਾਡਾ ਲੰਮੇ ਸਮੇਂ ਦੇ ਵਾਸਤੇ ਜਿਹੜਾ ਹੈਗਾ ਫਾਇਦਾ ਹੁੰਦਾ। ਅਤੇ ਇਹਦੇ ਵਾਸਤੇ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਸਹਿਰਦਤਾ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇਹ ਮਸਲੇ ਨੂੰ ਫੌਰੀ ਹੱਲ ਕਰਨਾ ਚਾਹੀਦਾ। ਅਸੀਂ ਪਰਸੋਂ DC ਨੂੰ ਵੀ ਮਿਲੇ ਸੀਗੇ, ਉਹਨੂੰ ਵੀ ਕਿਹਾ ਵੀ ਪੰਜਾਬ ਸਰਕਾਰ ਰਾਹੀਂ ਤੋਂ ਉਹਨਾਂ ਰਾਹੀਂ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾਕਟਰਾਂ ਦਾ ਮਸਲਾ ਹੱਲ ਕੀਤਾ ਜਾਵੇ, ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਕੋਈ ਸਮਾਧਾਨ ਕੱਢਿਆ ਜਾਵੇ।